ਇਹਦੀਆਂ ਚਾਰਾਂ ਦੀਆਂ ਚਾਰੇ ਵੀਡੀਓ ਰੈਡੀ ਨੇ, ਕੋਈ ਐ ਨਹੀਂ ਹੈਗਾ ਵੀ ਇੱਕ ਵੀਡੀਓ ਪਾ ਕੇ, ਚਾਰ ਹੀ ਵੀਡੀਓ ਰੈਡੀ ਹੈ ਡਾਰਲਿੰਗ, ਤੇ ਵੀਡੀਓ ਵੀ ਖੋਤੀ ਨੇ, ਸਵਾਦ ਹੋਣਾ ਪੂਰਾ। ਸੋ ਹੁਣ ਆਹ ਵੀਡੀਓ ਆ ਗਈ, ਹੁਣ ਤੁਸੀਂ ਦੱਸਿਓ ਕਿ ਅਗਲੀ ਵੀਡੀਓ ਕਦੋਂ ਪਾਈ, ਉਦੋਂ ਪਾ ਦਾਂਗੇ, ਫਿਰ ਉਹ ਤੋਂ ਅਗਲੀ ਵੀਡੀਓ, ਫਿਰ ਉਹ ਤੋਂ ਅਗਲੀ ਵੀਡੀਓ। ਵੀਡੀਓ ਆਪਾਂ ਛੱਡਣੀ ਸੀਕੁਐਂਸ 'ਚ ਹੀ ਆ, ਹੈ ਨਾ। ਆਹ ਸਿੰਘ ਪਤਾ ਨਹੀਂ ਕੀ ਕਰ ਰਿਹਾ ਇੱਧਰ, ਪਰ ਜੇ ਮੈਂ ਦੱਸਦਾ ਤਾਂ ਫਿਰ ਦੱਸ ਹੋ ਜਾਣਾ। ਮੈਂ ਤੇ ਔਨ ਟੌਪ ਰੀਮਿਕਸ, ਉਹ ਯਾਰ ਔਨ ਟੌਪ ਦਾ ਵੀ ਰੈਪ ਵਰਜਨ ਛੱਡਾਂਗੇ ਹੁਣ, ਮੈਂ ਕਿਹਾ ਚੱਲ ਈਪੀ ਛੱਡ ਦਿੰਦੇ ਹਾਂ, ਪਿਆ ਹੀ ਆਪਣੇ ਕੋਲ ਛੱਡਾਂਗੇ ਆਪਾਂ, ਕੋਈ ਚੱਕਰ ਨਹੀਂ, ਟੈਨਸ਼ਨ ਨਹੀਂ ਲੈਣੀ। ਯੈਸ ਬ੍ਰੋ, ਇਟ ਜਸਟ ਲਾਈਕ ਆਮ ਸਿੰਗਿੰਗ ਬਟ ਰੈਪਿੰਗ ਇਜ਼ ਮੋਰ ਆਫ ਲਾਈਕ ਰਾਈਮ ਸਕੀਮਸ, ਸਮਝ ਨਾ, ਲਾਈਕ ਵਰਡ ਪਲੇ, ਸਮਝ ਨਾ, ਲਾਈਕ ਤੂੰ ਕਰੀ ਮੈਨੂੰ ਹਾਏ ਲੇਟ, ਪਰ ਹੁਣ ਮੈਨੂੰ ਕਰਨੀ ਤਾਂ ਬਾਏ ਇਜ਼ ਵਨ ਆਫ ਦੋਸ ਪਲੇਨ, ਤੇਰਾ ਵਾਇਲੇਟ ਮੇਰੀ ਜੈਕਟ ਤੇ ਬੈਠ ਸਭ ਪ੍ਰਾਈਵੇਟ, ਮੇਰੀ ਘਰ ਤੇ ਮੈਂ ਵਾਇਲੇਟ, ਮੈਨੂੰ ਸਮਝ ਨਹੀਂ ਆਉਂਦੀ ਇੰਨੀ ਵਾਏ ਹੇਟ, ਤੇਰਾ ਸੂਟ ਕੋਲੇ ਵਾਇਲੇਟ, ਜਿਹਨੂੰ ਦੇਖੋ ਹੁੰਦੀ ਅੱਖ ਮੇਰੀ ਡਾਇਲੇਟ, ਯੂ ਨੋ ਚਾਇਸ ਸੈਸ਼ਨ ਲਾਈਕ ਦਿਸ ਦ ਵਾਇਲੇਟ ਵਾਇਲੇਟ, ਹੈ ਨਾ, ਤੈਨੂੰ ਪਤਾ ਹੀ ਆ ਫਿਰ ਘਰ ਵਾਲਿਆਂ ਦਾ। ਸੰਦੀਪ ਵੀਰਾ ਵੀਰੇ ਰਜਾਈ 'ਚ ਸੁੱਤਾ ਪਿਆ, there was another bar in there, it was like it was your karan ji mein deliver bars mere kare lambo kar di deliver cars university elon musk mummy nu da lagda ke amo mars pata hi hai yaar amo mars hai chalo yaar sahi hai maul vadhiya aa raha yaar urgent loan wala club main nahi karni ਬਾਈ ਆਪਦਾ ਕੰਮ ਕਰ ਰਿਹਾ, ਵਧੀਆ ਕਰ ਲੈਣ ਦੋ ਐਵੇਂ ਯਾਰ। ਮੇਰਾ ਭੈਣ ਚੁੱਕ ਮੇਰੀ ਕਲੈਬ ਕਰਾ ਕੇ ਤੁਸੀਂ ਸੋਰੀ ਗਾਲ ਨਿਕਲ ਗਈ ਸੀ, ਪੀਪਾ ਦਿਓ ਮੇਰੀ ਕਲੈਬ ਕਰਕੇ ਬਾਈ ਦਾ ਗਾਣਾ ਖਰਾਬ ਕਰਨਾ ਤੁਸੀਂ, ਹੈ ਯਾਰ ਬਾਈ ਸਿੱਧੇ ਜਿਹੇ ਬੰਦੇ ਆ ਵੀਰੇ, ਆਪਦੇ ਹੱਥ ਜੋੜੇ ਸਾਰੇ ਅੱਗੇ, ਜਿੰਨੀ ਮਿਊਜ਼ਿਕ ਇੰਡਸਟਰੀ ਆ, ਜਿੰਨੇ ਬੰਦੇ ਮੇਰੇ ਵੀਰ ਭਰਾ ਗਾਣੇ ਗਾਉਂਦੇ ਆ, ਆਹ ਹੱਥ ਜੋੜੇ ਵੀਰੇ, ਇਕੱਲੇ ਹੀ ਸਹੀ ਆ ਵੀਰੇ, ਸਭ ਤੋਂ ਤਾਂ ਪੋਲੀਟਿਕਸਾਂ ਨਹੀਂ ਹੁੰਦੀਆਂ ਬਾਈ, ਕਦੇ ਇੱਧਰ ਕਦੇ ਉੱਧਰ, ਕਦੇ ਮੇਰੇ ਕੋਲ ਆ ਜਾਂਦੇ ਸੀ ਕੀ ਲਿਖ ਰਹੇ ਹੋ, ਕਦੇ ਉੱਥੇ ਚਲੇ ਜਾਂਦੇ ਸੀ ਕੀ ਬਣਾ ਰਹੇ ਹੋ। ਮੇਰਾ ਵੀਰਾ ਆਪਦੇ ਹੱਥ ਜੋੜੇ, ਆਪਦੇ ਦੋ ਹੱਥ ਜੋੜੇ ਹੋਏ ਆ, ਮੈਂ ਕਿਸੇ ਨਾਲ ਕਲੈਬ ਨਹੀਂ ਕਰਨੀ ਇੱਥੋਂ, ਮੇਰਾ ਵੀਰਾ ਆਪਦੇ ਆਏ। ਥੈਂਕ ਯੂ ਸੋ ਮੱਚ, ਇੰਨੀ ਪੋਲੀਟਿਕਸ ਵਾਲੀ ਪੰਜਾਬ 'ਚ ਯਾਰ, ਯਾਰ ਆਹ ਚੀਜ਼ਾਂ ਤੇ ਮੈਂ ਕਦੇ ਨਹੀਂ ਬੋਲਿਆ ਯਾਰ। ਯਾਰ ਸਿੱਧੇ ਜਿਹੇ ਬੰਦੇ ਆ ਵੀਰੇ, ਸਵੇਰ ਉੱਠ ਕੇ ਰੋਟੀ ਖਾਈਦੀ ਆ, ਉਹ ਤੋਂ ਬਾਅਦ ਮਾੜਾ ਮੋਟਾ ਲਿਖ ਲੁਖ ਲਈਦਾ, ਸੌਂ ਦੇਈਦਾ, ਵਾਧੂ ਗੱਲਾਂ ਨਹੀਂ ਹੱਥੋਂ ਹੁੰਦੀਆਂ ਵੀਰੇ, ਵੀ ਆਹ ਬੰਦੇ ਨੇ ਐਂ ਕਰਤਾ, ਉਹ ਬੰਦੇ ਨੇ ਐਂ ਕਰਤਾ, ਅਤੇ ਇਹ ਬੰਦੇ ਨੂੰ ਪੁੱਛੇ ਵੀ ਮੇਰੇ ਕੋਲ ਆ ਕੇ ਤੁਸੀਂ ਕੀ ਕਹਿੰਦੇ ਰਹੇ ਹੋ, ਤੁਹਾਡੀਆਂ ਪੋਲਾਂ ਖੋਲਾਂ ਇੱਥੇ, ਬਸ ਚੰਗਾ ਲੱਗਦਾ ਦੱਸੋ, ਕੀ ਦੱਸਾਂ ਹੁਣ ਮੈਂ ਤੁਹਾਨੂੰ। ਨਵਾਨ ਸੰਧੂ ਇਜ਼ ਵਨ ਮਾਈ ਫੇਵਰੇਟ ਆਰਟਿਸਟ, ਬਾਈ ਨੂੰ ਕਦੇ ਮਿਲਿਆ ਨਹੀਂ ਮੈਂ, ਪਰ ਇੱਕ ਦੋ ਵਾਰੀ ਗੱਲ ਹੋਈ ਆ, ਵਧੀਆ ਲਿਖਦਾ ਬਾਈ, ਜਿਹੜਾ ਬੰਦਾ ਲਿਖਦਾ ਵਧੀਆ ਲਿਖਦਾ ਯਾਰ, ਆਪਾਂ ਨੂੰ ਚੱਕਰੇ ਨਹੀਂ ਬਾਈ, ਪਰ ਹਾਂ ਯਾਰ ਅਸੀਂ ਸਹੀ ਹਾਂ ਵੀਰੇ, ਇਹੀ ਗੱਲ ਹੈ, ਕਲੈਬਾਂ ਆਪਾਂ ਡਾਲੀ ਵਧੀਆ ਹੀ ਕਰਨੀਆਂ ਹੁਣ ਉੱਪਰੀ, ਸਮਝਦੇ ਹੋ, ਬਾਕੀ ਹੋਰ ਕੋਈ ਕੁਐਸਚਨ ਹੋਵੇ ਮੇਰਾ ਵੀਰ, ਗਲਾ ਦੁੱਖ ਰਿਹਾ ਯਾਰ ਥੋੜ੍ਹਾ ਥੋੜ੍ਹਾ, ਕੋਈ ਦੱਸੋ ਤਾਂ ਕੋਈ ਇਲਾਜ, ਮਲੱਠੀ ਸਹੀ ਗੱਲ ਆ ਨਾ, ਚੱਪੀ ਜਾਵੇ ਸਹੀ ਗੱਲ ਆ, ਖਾ ਕੇ ਦੇਖ ਮਲੱਠੀ ਕੁੜੀਏ ਸੁਰ ਵਿੱਚ ਹੋ ਜਾਏਗੀ, ਐਵੇਂ ਨੀ ਆ ਉਸਤਾਦ ਮਾਨ ਸਾਹਿਬ ਨੇ, ਚਿੰਗਮ ਤੇਰੇ ਦੰਦ ਗਾੜ ਦੂ ਸਾਰੇ ਕਹਿੰਦੇ, ਮੈਨੂੰ ਮੋਟੀਵੇਟ ਯਾਰ ਮੇਰੀ ਜ਼ਿੰਦਗੀ ਉਹ ਯਾਰ, ਐਵੇਂ ਕਮਾਂ ਸਮਾਂ ਲਾਈਫ ਦਸ਼ਾ ਥਰੂ, ਜਿਹੜੀਆਂ ਚੀਜ਼ਾਂ ਮੈਂ ਲੰਘਿਆ ਜਾਂ ਜਿਹੜੀਆਂ ਚੀਜ਼ਾਂ ਮੈਨੂੰ ਦੇਖਣ ਨੂੰ ਬਣੀਆਂ ਉਹਨਾਂ ਨੇ ਮੋਟੀਵੇਟ ਕੀਤਾ, ਅਤੇ ਜਿਹੜੀਆਂ ਚੀਜ਼ਾਂ ਮੈਨੂੰ ਮਿਊਜ਼ਿਕ ਬਣਾ ਕੇ ਮਿਲੀਆਂ, ਮੰਨ ਲਓ ਜੇ ਗੱਡੀ ਗੁੱਡੀ ਲੈ ਲਈ ਆ, ਕੱਪੜੇ ਲੈ ਲਏ, ਇਹ ਚੀਜ਼ਾਂ ਵੀ ਆਪਾਂ ਫੁਕਰੂ ਨਹੀਂ ਪਾਉਂਦੇ, ਪਾਈ ਹੋਈ ਇੱਕ ਦੂਸਰੇ ਮੋਟੀਵੇਟ ਕਰ ਰਹੀ ਹੈ, ਜੇ VVS ਵੀ ਆ ਉਹ ਵੀ ਮੋਟੀਵੇਟ ਹੀ ਕਰ ਰਹੀ ਆ, ਆ ਘੜੀ ਲੱਗੀਆਂ ਨਾ ਦੇਖ ਕੇ ਸਵਾਦ ਆਉਂਦਾ ਵੀ ਹਾਂ ਡਾਰਲਿੰਗ ਆਪਦੀ ਮਿਹਨਤ ਦੀ ਕਮਾਈ ਦੀ ਲਈ ਆ, ਤਾਂ ਖਿੱਚ ਕੇ ਰੱਖ ਕੰਮ, ਸਮਝਦਾ, ਜਿਹੜਾ ਸ਼ੂ ਪਾਇਆ ਨਾ ਉਹਦੇ ਅਮੀਰੀ ਤਾਂ ਵੀ ਪਾ ਲੈਂਦੇ ਆ, ਇਹ ਡਾਰਲਿੰਗ ਸਵਾਦ ਆਉਂਦਾ ਤਾਂ ਪਾਈ ਵੀ ਆ, ਲੈਂਬੋ ਚੱਲਦੀ ਨਾ ਥੱਲੇ ਸਵਾਦ ਆਉਂਦਾ, ਕੋਈ ਫੁਕਰੀ ਥੋੜੀ ਆ ਚਾਚਾ, ਸਵਾਦ ਆਉਂਦਾ ਤਾਂ ਕਰੀਦਾ ਮੇਰਾ ਵੀਰ ਯਾਰ, ਇਹੀ ਮੋਟੀਵੇਸ਼ਨ ਹੈ ਵੀਰੇ, ਬਸ ਜ਼ਿੰਦਗੀ ਜਿਹੜੀ ਚੱਲ ਰਹੀ ਹੈ ਇਹੀ ਮੋਟੀਵੇਸ਼ਨ ਹੈ।
ਸਾਹ ਕਿੰਨੇ ਗਿਣੇ ਨੀ ਕਦੇ, ਕਹਿੰਦਾ ਇੰਨਾ ਚੇਤੇ ਸਾਹ ਲੈਂਦੇ ਆ, ਹਾਂ ਤੇ ਜਿਹਨੂੰ ਪਤਾ ਉਹਨੂੰ ਹੀ ਪਤਾ ਵੀਰ। ਕੱਲਾ ਬਹਿ ਕੇ ਸੁਣੀ ਕਥਾ ਸੱਤ ਮਸਕੀਨ ਦੀ, ਕਿਵੇਂ ਕਾਹਨੂੰ ਮੈਂ ਜ਼ਿਆਦਾ ਧਾਰਮਿਕ ਜਾਂ ਸਪਿਰਿਚੁਅਲ ਹੋਣਾ ਇੱਥੇ, ਮੈਂ ਬ੍ਰਹਮ ਤੁਸੀਂ ਆਪ ਬਹੁਤ ਬ੍ਰਹਮ ਸਿਆਣੇ। ਸੁਣ ਸਿੱਧ ਬਾਤ, ਰੂਲਸ ਆਫ ਬ੍ਰਹਮ ਰਾਮ ਦੇ ਗਾਰਗਲਸ ਯਾ ਤੂੰ ਮੇਰੇ ਤੋਂ ਕੁਛ ਕਰਾ ਹੈ। ਬਾਹਰ ਦੇਖਦਾ ਦੇਖੋ ਯਾਰ ਮੇਰਾ ਭਾਰ ਵੀ ਘਟਿਆ ਕਿ ਨਹੀਂ, ਦੇਖੋ।